ਸੱਚੀ ਅਕਾਲ ਪਿਆਰੇ ਬੱਚਿਓ ਪਿਆਰੇ ਬੱਚਿਓ ਅੱਜ ਦੀ ਆਨਲਾਈਨ ਸਵੇਰ ਦੀ ਸਵਾ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪਿਆਰੇ ਬੱਚਿਓ ਅੱਜ ਮਿਤੀ ਹੈ 12 ਜਨਵਰੀ 2021 ਤੇ ਦਿਨ ਹੈ ਮੰਗਲਵਾਰ ਟਿਊਜ਼ਡੇ ਆਇਦਾ ਵਿਚਾਰ ਸਦਾ ਸੱਚ ਬੋਲੋ ਪਿਆਰੇ ਬੱਚਿਓ ਸੱਚਾਈ ਤੇ ਜੋ ਵਿਅਕਤੀ ਚੱਲਦਾ ਹੈ ਉਹ ਹਮੇਸ਼ਾ ਸੁਖੀ ਰਹਿੰਦਾ ਹੈ ਪਿਆਰੇ ਬੱਚਿਓ ਕਈ ਵਾਰ ਅਜਿਹਾ ਸਮਾਂ ਆਉਂਦਾ ਹੈ ਕਿ ਸਾਨੂੰ ਲੱਗਦਾ ਹੈ ਕਿ ਅਸੀਂ ਝੂਠ ਬੋਲ ਕੇ ਜਿਹੜਾ ਹੈ ਆਪਣਾ ਕੰਮ ਸਾਰ ਸਕਦੇ ਹਾਂ ਪਰ ਝੂਠ ਕਦੇ ਨਾ ਕਦੇ ਸਾਹਮਣੇ ਆ ਹੀ ਜਾਂਦਾ ਹੈ ਜਦੋਂ ਝੂਠ ਫੜਿਆ ਜਾਂਦਾ ਹੈ ਤਾਂ ਫਿਰ ਸਾਨੂੰ ਨਿਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਕਰਕੇ ਪਿਆਰੇ ਬੱਚਿਓ ਕਦੇ ਵੀ ਝੂਠ ਦਾ ਸਹਾਰਾ ਨਹੀਂ ਲੈਣਾ ਚਾਹੀਦਾ ਇਹ ਜ਼ਰੂਰ ਹੈ ਕਿ ਸੱਚ ਦਾ ਰਸਤਾ ਲੰਬਾ ਹੁੰਦਾ ਹੈ ਝੂਠ ਦਾ ਰਸਤਾ ਜਿਹੜਾ ਛੋਟਾ ਹੁੰਦਾ ਹੈ ਤੇ ਸੱਚ ਦਾ ਰਸਤਾ ਜਿਹੜਾ ਹੈਗਾ ਉਹ ਔਕਣਾ ਭਰਿਆ ਵੀ ਹੁੰਦਾ ਹੈ ਪਰ ਅਸੀਂ ਇਹਨਾਂ ਔਕੜਾਂ ਨੂੰ ਹੱਸਦੇ ਹੱਸਦੇ ਸਹਾਰਨਾ ਹੈ ਤੇ ਹਮੇਸ਼ਾ ਸੱਚ ਦਾ ਪੱਲਾ ਫੜ ਕੇ ਰੱਖਣਾ ਹੈ ਪਿਆਰੇ ਬੱਚਿਓ ਜੇਕਰ ਤੁਸੀਂ ਸੱਚ ਬੋਲੋਗੇ ਤਾਂ ਤੁਹਾਡੀ ਸ਼ਖਸੀਅਤ ਬਹੁਤ ਉੱਚੀ ਤੇ ਸੁੱਚੀ ਹੋਵੇਗੀ ਲੋਕ ਤੁਹਾਡੀਆਂ ਮਿਸਾਲਾਂ ਦੇਣਗੇ ਤੇ ਹਮੇਸ਼ਾ ਸੱਚ ਬੋਲਣ ਵਾਲਾ ਵਿਅਕਤੀ ਜਿਹੜਾ ਕਿਸੇ ਅੱਗੇ ਝੁਕਦਾ ਨਹੀਂ ਨਾ ਹੀ ਡਰਦਾ ਹੈ ਤੇ ਨਾ ਹੀ ਉਹ ਕਿਸੇ ਕਿਸਮ ਦਾ ਓਲਾ ਰੱਖਦਾ ਹੈ ਪਿਆਰੇ ਬੱਚਿਓ ਸੱਚਾ ਵਿਅਕਤੀ ਹਿੱਕ ਤਾਣ ਕੇ ਆਪਣੀ ਗੱਲ ਕਹਿ ਸਕਦਾ ਹੈ ਹਰ ਇੱਕ ਦੇ ਸਾਹਮਣੇ ਕਹਿ ਸਕਦਾ ਹੈ ਜਦ ਕਿ ਝੂਠ ਵਾਲਾ ਵਿਅਕਤੀ ਜਿਹੜਾ ਹੈਗਾ ਉਹਦੇ ਵਿੱਚ ਇਹ ਹਿੰਮਤ ਨਹੀਂ ਹੁੰਦੀ ਕਿ ਕਿਸੇ ਦਾ ਸਾਹਮਣਾ ਕਰ ਸਕੇ ਇਸ ਕਰਕੇ ਪਿਆਰੇ ਬੱਚਿਓ ਸਦਾ ਸੱਚ ਬੋਲੋ ਗਿਆਨ ਵਿਗਿਆਨ ਅਜਦਾ ਪਹਿਲਾ ਪ੍ਰਸ਼ਨ ਹੈ ਭਾਰਤ ਕਦੋਂ ਆਜ਼ਾਦ ਹੋਇਆ ਪਿਆਰੇ ਬੱਚਿਓ ਭਾਰਤ 15 ਅਗਸਤ 1947 ਈਸਵੀ ਨੂੰ ਆਜ਼ਾਦ ਹੋਇਆ ਅਗਲਾ ਪ੍ਰਸ਼ਨ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਕੌਣ ਸਨ ਪਿਆਰੇ ਬੱਚਿਓ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਰ ਜਵਾਹਰ ਲਾਲ ਨਹਿਰੂ ਜੀ ਸਨ ਅਗਲਾ ਪ੍ਰਸ਼ਨ 11ਵੇਂ ਦੇਸੀ ਮਹੀਨੇ ਦਾ ਨਾਮ ਕੀ ਹੈ ਪਿਆਰੇ ਬੱਚਿਓ 11ਵੇਂ ਦੇਸੀ ਮਹੀਨੇ ਦਾ ਨਾਮ ਹੈ ਮਾਘ ਦਾ ਮਹੀਨਾ ਅਗਲਾ ਪ੍ਰਸ਼ਨ ਰੋਮਨ ਅੰਕ ਪ੍ਰਣਾਲੀ ਵਿੱਚ 440 ਕਿਵੇਂ ਲਿਖਿਆ ਜਾਂਦਾ ਹੈ ਪਿਆਰੇ ਬੱਚਿਓ ਰੋਮਨ ਅੰਕ ਪ੍ਰਣਾਲੀ ਵਿੱਚ ਅਸੀਂ ਸੀ ਡੀ ਐਕਸ ਐਲ ਦੀ ਮਦਦ ਨਾਲ 440 ਲਿਖਦੇ ਹਾਂ ਅਗਲਾ ਪ੍ਰਸ਼ਨ ਕਿਹੜਾ ਕਿਤਾਕਾਰ ਸਥੈਥੋਸਕੋਪ ਦੀ ਵਰਤੋਂ ਕਰਦਾ ਹੈ ਪਿਆਰੇ ਬੱਚਿਓ ਡਾਕਟਰ ਸਥੈਥੋਸਕੋਪ ਦੀ ਵਰਤੋਂ ਕਰਦਾ ਹੈ ਓ ਬੁਝੀ ਆਦੀ ਬੁਝਾਰਾ 12 ਆਇਆ ਬਾਬਾ ਲਸ਼ਕਰੀ ਜਾਂਦਾ ਜਾਂਦਾ ਕਰ ਗਿਆ ਮਸ਼ਕਰੀ ਪਿਆਰੇ ਬੱਚਿਓ ਇਸ ਦਾ ਉੱਤਰ ਹੈ ਭੂੰਡ ਜਾਂ ਪ੍ਰਿੰਟ ਤੇ ਤੁਹਾਨੂੰ ਪਤਾ ਕਿ ਉਹ ਗੂੰਜ ਪਾਉਂਦਾ ਆਉਂਦਾ ਤੇ ਇੱਕੋ ਦਮ ਡੰਗ ਮਾਰ ਜਾਂਦਾ ਹੈ इस करके इसका उत्तर है पोंड या प्रिंट वर्ड्स फॉर प्रैक्टिस पहला है एन ई वी ई आर नैवर दूजा है ए एल डब्ल्यू ए वाई एस ऑलवेज तीजा है टी ओ एम ओ डबल आर ओ डब्ल्यू टूमोरो चौथा है वाई ई एस टी ई आर डी ए वाई ईस टडे पंजा है ई वी ई R Y D A Y everyday ਤੇ ਇੱਕ ਵਾਰ ਦੁਹਰਾਈਏ ਇਹਨਾਂ ਨੂੰ never always tomorrow yesterday everyday ਪਿਆਰੇ ਬੱਚਿਓ ਇਹਨਾਂ ਸ਼ਬਦਾਂ ਨੂੰ ਤੇ ਪ੍ਰੇਸ਼ੰਤਾਂ ਨੂੰ ਯਾਦ ਰੱਖਣਾ ਹੈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ